ਭਾਰਤ ਸੰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੀ ਗੱਲਬਾਤ ਕਰਾ ਰਿਹਾ ਪਿੰਡ ਸੇਵੇਵਾਲਾ ਸਾਹਿਬ ਦੇ ਕੀਰਤਨੀਏ ਜਥੇਦਾਰ ਭਾਈ ਚਮਕੌਰ ਸਿੰਘ ਜੀ ਨਾਲ, ਜੋ ਪਿਛਲੇ ਦਿਨੀ ਭਾਈ ਨਿਰਮਲ ਸਿੰਘ ਜੀ ਖਾਲਸਾ ਜਿਨ੍ਹਾਂ ਦਾ ਦੇਹਾਂਤ ਹੋਇਆ, ਉਹ ਪਦਮ ਸ਼੍ਰੀ ਪੁਰਸਕਾਰ ਸਨ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਸਭ ਜੀ ਜਾਣਦੇ ਹੋ ਕਿ ਸਾਡੇ ਬਹੁਤ ਹੀ ਮਹਾਨ ਕੀਰਤਨੀ ਵਿਦਵਾਨ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸੋ ਉਹਨਾਂ ਦਾ ਇੱਕੋ ਇੱਕ ਕਾਰਨ ਸੀ ਜੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਉਹਨਾਂ ਦੀ ਇੱਕ ਆਡੀਓ ਜੋ ਕਿ ਉਹ ਆਪਣੇ ਪੁੱਤਰ ਦੇ ਨਾਲ ਗੱਲ ਕਰਦੇ ਸਨ, ਆਪਣੇ ਬੇਟੇ ਦੇ ਨਾਲ ਗੱਲ ਕਰਦੇ ਪਏ ਨੇ ਕਿ ਬੇਟਾ ਜੀ ਮੈਨੂੰ ਇਸ ਤਰ੍ਹਾਂ ਇੱਥੇ ਲਿਆਉਂਦੇ ਨੂੰ 4 ਘੰਟੇ ਅੰਦਰ ਹੋ ਗਿਆ। ਸੋ ਉਹਨਾਂ ਨੂੰ ਕੋਈ ਟ੍ਰੀਟਮੈਂਟ ਨਹੀਂ ਮਿਲਿਆ ਜੀ ਸਭ ਤੋਂ ਪਹਿਲਾਂ। ਫਿਰ ਉਹਨਾਂ ਨੂੰ ਕਿਸੇ ਡਾਕਟਰ ਨੇ ਕਿਸੇ ਨਰਸ ਨੇ ਉਹਨਾਂ ਦੀ ਮਤਲਬ ਕੇਅਰ ਨਹੀਂ ਕੀਤੀ, ਠੀਕ ਹੈ ਜੀ। ਇਹ ਸਾਡੀ ਸਰਕਾਰਾਂ ਦਾ ਸਾਡਾ ਸਿਸਟਮ ਇੰਨਾ ਗੰਦਾ ਹੈ ਕਿ ਮੈਡੀਕਲ ਸਹੂਲਤ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਹੈ ਕਿ ਮਰੀਜ਼ ਅੰਦਰ ਮੈਡੀਕਲ ਸਹੂਲਤ ਤੋਂ ਟ੍ਰੀਟਮੈਂਟ ਤੋਂ ਮਤਲਬ ਜਿਹੜੇ ਉਹਨਾਂ ਨੂੰ ਨਹੀਂ ਮਿਲ ਰਹੇ, ਇਸ ਕਰਕੇ ਉਹ ਆਪਣੀਆਂ ਜਾਨਾਂ ਗਵਾ ਰਹੇ ਨੇ। ਸੋ ਸਾਡੀ ਵਾਸਤੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਕਿਉਂਕਿ ਸਾਨੂੰ ਇਹੋ ਜਿਹੇ ਵਿਦਵਾਨ ਵਾਰ ਵਾਰ ਨਹੀਂ ਮਿਲਣੇ ਸਿੱਖ ਕੌਮ ਨੂੰ। ਸਿੱਖ ਕੌਮ ਦੇ ਮਹਾਨ ਵਿਦਵਾਨ ਨੇ ਜੀ, ਜਿਹੜੀ ਇੱਕ ਬੋਲੀਵੁੱਡ ਦੀ ਐਕਟਰ ਹੈ ਸ਼੍ਰੀਦੇਵੀ, ਠੀਕ ਹੈ ਜੀ। ਜਦੋਂ ਉਹਨਾਂ ਦਾ ਮਤਲਬ ਉਹਨਾਂ ਦੀ ਜੋ ਇਸ ਸੰਸਾਰ ਤੋਂ ਜਦੋਂ ਗਏ ਨੇ ਉਹ, ਤਾਂ ਉਹਨਾਂ ਨੂੰ ਇੱਕ ਤਿਰੰਗੇ ਦੇ ਵਿੱਚ ਲਪੇਟ ਕੇ ਲਿਆਂਦਾ ਗਿਆ, ਠੀਕ ਹੈ ਨਾ। ਜੇਕਰ ਉਹਨਾਂ ਦੀ ਇਸ ਤਰ੍ਹਾਂ ਮਤਲਬ ਉਹਨਾਂ ਦਾ ਸਸਕਾਰ ਇੰਨੇ ਸਤਿਕਾਰ ਨਾਲ ਕਰ ਸਕਦੇ ਹਾਂ, ਤਾਂ ਕੀ ਗੱਲ ਸਾਡੇ ਜਿਹੜੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਜੋ ਕਿ ਇੱਕ ਦਲਿਤ ਪਰਿਵਾਰ ਦੇ ਨਾਲ ਬਿਲੋਂਗ ਕਰਦੇ ਸੀ, ਉਹਨਾਂ ਨੂੰ ਸਿਰਫ ਇੱਕੋ ਅਤੇ ਇੱਕ ਸਾਨੂੰ ਸਿੱਖ ਕੌਮ ਨੂੰ ਇੱਕੋ ਇੱਕ ਨਿਰਾਸ਼ਾ ਕਿ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ, ਠੀਕ ਹੈ ਜੀ ਸਾਧ ਸੰਗਤ ਜੀ। ਸੋ ਜਿਸ ਤਰ੍ਹਾਂ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਸਾਡੀ ਪੰਜਾਬ ਸਰਕਾਰ ਦੇ ਨਾਲੋਂ ਕਈ ਗੁਣਾ ਜ਼ਿਆਦਾ ਹੈ, ਠੀਕ ਹੈ। ਉਹਨਾਂ ਦੇ ਨਾਲ ਉਹਨਾਂ ਨੇ ਸਾਰੀ ਉਮਰ ਆਪਣੀ ਕੀਰਤਨ ਦੇ ਸੇਵਾ ਸ਼੍ਰੀ ਦਰਬਾਰ ਸਾਹਿਬ ਹਜ਼ੂਰੀ ਰਾਗੀ ਬਤੌਰ ਨਿਭਾਈ, ਤੋ ਸਾਡੀ ਸ਼੍ਰੋਮਣੀ ਕਮੇਟੀ ਜਿਹੜੀ ਮੇਨ ਸਿੱਖਾਂ ਦੀ, ਉਹ ਵੀ ਨਹੀਂ ਉਹਨਾਂ ਦੇ ਨਾਲ ਖੜੀ। ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ, ਕੋਈ ਜਥੇਦਾਰ ਦਾ ਕੋਈ ਪ੍ਰਧਾਨ ਦਾ ਕਿਸੇ ਮੈਂਬਰ ਦਾ ਇੱਕ ਵਾਰ ਵੀ ਬਿਆਨ ਨਹੀਂ ਆਇਆ ਕਿ ਅੱਜ ਉਹਨਾਂ ਨਾਲ ਮਾੜਾ ਹੋਇਆ, ਜਾਂ ਉਹਨਾਂ ਨੂੰ ਆਖਰੀ ਸਮੇਂ ਸਿਰੇ ਵੀ ਨਹੀਂ ਸਾਧ ਸੰਗਤ ਜੀ ਇੱਥੋਂ ਤੱਕ ਮਿਲੇ। ਇਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਜਿਹੜੀ ਬੋਲੀਵੁੱਡ ਦੀ ਐਕਟਰ ਹੈ ਜੀ ਕਨਿਕਾ ਕਪੂਰ, ਉਹ 6 ਪੋਜ਼ਿਟਿਵ ਰਿਪੋਰਟਾਂ ਤੋਂ ਬਾਅਦ ਉਹ ਨੈਗੇਟਿਵ ਦੇ ਵਿੱਚ ਆ ਰਹੀ ਹੈ। ਉਹ ਕਿਉਂ ਆਈ? ਕਿਉਂਕਿ ਉਸਨੂੰ ਟ੍ਰੀਟਮੈਂਟ ਵਧੀਆ ਮਿਲਿਆ, ਠੀਕ ਹੈ ਜੀ। ਤਾਂ ਕੀ ਗੱਲ ਸਾਡੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨੂੰ ਟ੍ਰੀਟਮੈਂਟ ਵਧੀਆ ਨਹੀਂ ਸੀ ਮਿਲ ਸਕਦਾ? ਅਸੀਂ ਸਵਾਲ ਕਰਦੇ ਹਾਂ ਕਿ ਉਹਨਾਂ ਦੀ ਕੇਅਰ ਇਸ ਤਰ੍ਹਾਂ ਨਹੀਂ ਸੀ ਕੀਤੀ ਜਾ ਸਕਦੀ ਜਿਸ ਤਰ੍ਹਾਂ ਕਨਿਕਾ ਕਪੂਰ ਦੀ ਕੇਅਰ ਕੀਤੀ ਗਈ ਹੈ। ਸੋ ਇੱਕ ਸਾਡੇ ਸਾਹਮਣੇ ਜਿਹੜਾ ਉਹਨਾਂ ਦੇ ਅੰਤਿਮ ਵੇਲੇ ਜੋ ਉਹਨਾਂ ਦਾ ਸੰਸਕਾਰ ਵੇਲੇ ਇੱਕ ਘਟਨਾ ਵਾਪਰੀ ਕਿ ਉੱਥੋਂ ਦਾ ਜਿਹੜਾ ਕਾਂਗਰਸ ਦਾ ਕੌਂਸਲਰ ਭਾਈ ਹਰਪਾਲ ਸਿੰਘ ਉਹਦਾ ਨਾਂ ਹੈ, ਠੀਕ ਹੈ ਜੀ, ਉਹਨੇ ਐਡੀ ਮਤਲਬ ਮੈਂ ਕਹਿ ਸਕਦਾ ਕਿ ਇੰਨੀ ਗਲਾਉਣੀ ਹਰਕਤ ਕੀਤੀ ਹੈ ਕਿ ਜੋ ਕਦੇ ਉਹ ਸਿੱਖ ਸੋਚ ਵੀ ਨਹੀਂ ਸਕਦਾ। ਇਸ ਕਰਕੇ ਸਾਡੀ ਮੰਗ ਹੈ ਕਿ ਜੋ ਇਹਨਾਂ ਉਹਨਾਂ ਨਾਲ ਧੱਕਾ ਹੋਇਆ, ਅਸੀਂ ਸਿੱਖ ਪੰਥ ਵੱਲੋਂ ਸਾਰੀ ਸਿੱਖ ਕੌਮ ਵੱਲੋਂ ਅਸੀਂ ਉਹਨਾਂ ਦਾ ਨਿਆਂ ਮੰਗਦੇ ਹਾਂ। ਅਗਰ ਉਹਨਾਂ 'ਤੇ ਬਣਦੀ ਕਾਰਵਾਈ ਨਾ ਕੀਤੀ ਗਈ ਜਿਨ੍ਹਾਂ ਦੇ ਕਰਕੇ ਅੱਜ ਸਾਡੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਸਾਡੇ ਵਿਚਕਾਰ ਨਹੀਂ ਹਨ, ਮੈਡੀਕਲ ਸਹੂਲਤ ਜਾਂ ਕੋਈ ਡਾਕਟਰ ਆ ਜਾਂ ਕੋਈ ਨਰਸ ਆ ਜਾਂ ਉਹ ਸਿਵਿਆਂ ਵਾਲੇ ਕੌਂਸਲਰ ਹਰਪਾਲ ਸਿੰਘ ਜੀ ਨੇ ਵੇਰਕੇ ਜੋ ਜੋ ਵੀ ਇਸ ਸਾਰੀ ਘਟਨਾ ਦੇ ਵਿੱਚ ਦੋਸ਼ੀ ਨੇ, ਉਹਨਾਂ ਖਿਲਾਫ਼ ਅਗਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸੀਂ ਇਸ ਮੁੱਦੇ ਨੂੰ ਲੈ ਕੇ ਸੜਕਾਂ ਤੱਕ ਵੀ ਆਵਾਂਗੇ। ਸੋ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਅੱਗੇ ਵੀ ਕਿ ਜਿਹੜੇ ਬਣਦੇ ਦੋਸ਼ੀ ਨੇ ਉਹਨਾਂ 'ਤੇ ਕਾਰਵਾਈ ਕੀਤੀ ਜਾਏ ਅਤੇ ਉਹਨਾਂ ਦੇ ਨਾਲ ਇਨਸਾਫ ਕੀਤਾ ਜਾਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਬਹੁਤ ਹੀ ਮੰਦਭਾਗੀ ਘਟਨਾ
ਪੰਜਾਬ ਦੇ ਵਿੱਚ ਵਾਪਰੀ ਹੈ। ਸਿੱਖ ਕੌਮ ਦੇ ਮਹਾਨ ਵਿਗਿਆਨੀ ਕਹਿ ਸਕਦੇ ਹਾਂ, ਸਿੱਖ ਕੌਮ ਦੇ ਮਹਾਨ ਗ੍ਰੰਥੀ ਰਾਗੀ, ਜਿਨ੍ਹਾਂ ਨੂੰ ਸਰਕਾਰ ਵੱਲੋਂ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ, ਪਰ ਬਦਕਿਸਮਤੀ ਉਸ ਇਨਸਾਨ ਦੀ ਕਿ ਉਹ ਮਜ਼੍ਹਬੀ ਸਿੱਖ ਘਰ ਦੇ ਵਿੱਚ ਪੈਦਾ ਹੋਇਆ ਅਤੇ ਜੋ ਦੁਖਾਂਤ ਉਹਨਾਂ ਦੇ ਮਰਨ ਤੋਂ ਬਾਅਦ ਵਾਪਰਿਆ ਉਹ ਸਾਰਿਆਂ ਨੇ ਟੀ ਵੀ ਅਤੇ ਅਖਬਾਰਾਂ ਦੇ ਵਿੱਚ ਪੜ੍ਹਿਆ। ਵੇਰਕਾ ਪਿੰਡ ਵਿੱਚ ਜਿੱਥੇ ਉਹਨਾਂ ਦੀ ਰਹਿ ਸੀ, ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕਰਨਾ ਸੀ, ਉਹ ਸੰਸਕਾਰ ਵੀ ਉਹਨਾਂ ਨੂੰ ਉੱਥੇ ਨਹੀਂ ਕਰਨ ਦਿੱਤਾ ਗਿਆ। ਇਹ ਸਿਰਫ ਮਜ਼੍ਹਬੀ ਸਿੱਖ ਹੋਣ ਦੇ ਕਾਰਨ ਜਿਹੜਾ ਇਹ ਦੁਖਾਂਤ ਵਾਪਰਿਆ, ਇਹ ਸਮੁੱਚੇ ਸਿੱਖ ਕੌਮ ਵਾਸਤੇ ਬੜੀ ਸ਼ਰਮਨਾਕ ਗੱਲ ਹੈ ਕਿ ਐਡੇ ਮਹਾਨ ਵਿਦਵਾਨ ਦਾ ਜਿਹੜਾ ਸੰਸਕਾਰ ਕਰਨ ਤੋਂ ਰੋਕਿਆ ਗਿਆ, ਉਸ ਦੇ ਠੱਲ ਪਾਉਣ ਵਾਸਤੇ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਸੀ, ਪਰ ਨਾ ਤਾਂ ਕੈਪਟਨ ਸਾਹਿਬ ਨੇ ਕੋਈ ਉਸ ਵਾਸਤੇ ਕੋਈ ਠੋਸ ਉਪਰਾਲਾ ਕੀਤਾ, ਨਾ ਹੀ ਕਿਸੇ ਹੋਰ ਪਾਰਟੀ ਧੜੇ ਜਥੇਬੰਦੀਆਂ ਨੇ ਉਹ ਸੰਸਕਾਰ ਕਰਵਾਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ। ਬਹੁਤ ਹੀ ਇਹ ਮੰਦਭਾਗੀ ਘਟਨਾ ਹੈ। ਅਸੀਂ ਸਮੁੱਚਾ ਮਜ਼੍ਹਬੀ ਸਿੱਖ ਭਾਈਚਾਰਾ ਉਮੀਦ ਅਸੀਂ ਕਰਦੇ ਹਾਂ ਕੈਪਟਨ ਸਾਹਿਬ ਤੋਂ ਵੀ ਕੋਈ ਸਖਤ ਕਦਮ ਚੁੱਕ ਕੇ ਜਿਹੜੇ ਵੀ ਉੱਥੋਂ ਦੇ ਨੁਮਾਇੰਦਿਆਂ ਨੇ ਉਹਨਾਂ ਦਾ ਸੰਸਕਾਰ ਕਰਨ ਤੋਂ ਰੋਕਿਆ, ਉਹਨਾਂ ਦੇ ਵਿਰੁੱਧ SC ST ਕਮਿਸ਼ਨ ਜਿਹੜਾ ਪੰਜਾਬ ਦੇ ਵਿੱਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਲਾਗੂ ਹੈ, ਉਹ ਉਹਨਾਂ 'ਤੇ ਲਾ ਕੇ ਉਹਨਾਂ ਨੂੰ ਯੋਗ ਸਜ਼ਾਵਾਂ ਦਿਵਾਉਣ ਜਿਸ ਦੇ ਉਹ ਹੱਕਦਾਰ ਹੈ। ਜੇਕਰ ਸਰਕਾਰ ਨੇ ਕੁਛ ਨਾ ਕਰਿਆ ਤਾਂ ਕਰਫਿਊ ਤੋਂ ਬਾਅਦ ਬਹੁਤ ਸਖਤ ਸਟੈਂਡ ਲੈ ਕੇ ਸਮੁੱਚਾ ਮਜ਼੍ਹਬੀ ਸਿੱਖ ਅਤੇ ਗਰੀਬ ਜਾਤੀ ਦੇ ਜਿੰਨੇ ਵੀ ਦੂਜੀਆਂ ਜਾਤੀਆਂ ਦੇ ਲੋਕ ਹੈ ਉਹਨਾਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਨੂੰ ਸੰਜਾਵਾਂ ਦਿਵਾਉਣ ਵਾਸਤੇ ਸੰਘਰਸ਼ ਕਰਾਂਗੇ। ਇਸ ਲਈ ਬੇਨਤੀ ਹੈ ਕੈਪਟਨ ਸਾਹਿਬ ਨੂੰ ਉਸ ਤੋਂ ਪਹਿਲਾਂ ਹੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਅਤੇ ਜਿਹੜੇ ਵੀ ਸੱਜਣਾਂ ਨੇ ਉਹਨਾਂ ਦਾ ਸੰਸਕਾਰ ਕਰਨ ਤੋਂ ਰੋਕਿਆ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਉਹਨਾਂ ਨੂੰ ਬੇਨਤੀ ਕਰਦੇ ਹਾਂ। ਆਸ ਆ ਉਹ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਨਗੇ। ਕਰਫਿਊ ਤੋਂ ਬਾਅਦ ਗੰਭੀਰ ਸਿੱਟੇ ਜਿਹੜੇ ਨਿਕਲੇ ਅਸੀਂ ਸੰਘਰਸ਼ ਵਿੱਢਾਂਗੇ ਉਹਨਾਂ ਦੇ ਖਿਲਾਫ਼ ਜਿਨ੍ਹਾਂ ਨੇ ਭਾਈ ਨਿਰਮਲ ਸਿੰਘ ਜੀ ਦਾ ਅੰਤ ਸੰਸਕਾਰ ਕਰਨ ਤੋਂ ਉਹਨਾਂ ਨੂੰ ਰੋਕਿਆ ਅਤੇ ਉਹਨਾਂ ਦਾ ਅਪਮਾਨ ਕੀਤਾ। ਦਾਸ ਕੁਲਵਿੰਦਰ ਸਿੰਘ ਜੀ, ਮੈਨੇਜਰ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਪਾਤਸ਼ਾਹ ਦਸਵੀਂ ਜੈਤੋ। ਭਾਈ ਨਿਰਮਲ ਜੀ ਖਾਲਸੇ ਜੀ ਨਾਲ ਜੋ ਹੋਇਆ ਉਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਜੋ ਭਾਈ ਨਿਰਮਲ ਸਿੰਘ ਜੀ ਖਾਲਸਾ, ਉਹਨਾਂ 'ਤੇ ਬੜੀ ਵਾਹਿਗੁਰੂ ਦੀ ਅਪਾਰ ਬਖਸ਼ ਸੀਗੀ, ਜਿਨ੍ਹਾਂ ਨੇ ਯਾਨੀ ਕਿ ਵੀ ਛੋਟੀ ਜਿਹੀ ਮੁੱਢਲੀ ਵਿੱਦਿਆ ਤੋਂ ਲੈ ਕੇ ਅੱਜ ਤੱਕ ਮਹਾਨ ਵਿਦਵਾਨਾਂ ਦੇ ਵਿੱਚ ਯਾਨੀ ਕਿ ਉਹਨਾਂ ਨੇ ਸੇਵਾ ਕੀਤੀ ਅਤੇ ਸਿੱਖ ਪੰਥ ਨੂੰ ਬੜੀ ਦੇਣ ਦਿੱਤੀ ਸਕੂਲਾਂ ਕਾਲਜਾਂ ਦੇ ਵਿੱਚ ਅਤੇ ਔਰ ਸਮਾਜਿਕ ਦੇ ਵਿੱਚ ਉਹਨਾਂ ਨੇ ਅਨੇਕਾਂ ਪ੍ਰਾਣੀਆਂ ਨੂੰ ਗੁਰਬਾਣੀ ਦੇ ਲੜ ਲਾ ਕੇ ਧੰਨ ਸ਼੍ਰੀ ਗੁਰੂ ਨਾਨਕ ਦੇ ਚਲਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਬਹੁਤ ਦੁਖਦਾਈ ਘਟਨਾ ਹੋਈ ਆ, ਠੀਕ ਹੈ, ਉਹਨਾਂ ਜਾਣ ਦਾ ਸਮਾਂ ਨਹੀਂ ਸੀ, ਠੀਕ ਆ, ਉਹਨਾਂ ਦੇ ਜਾਣ ਦੇ ਪਿੱਛੋਂ ਸਿੱਖ ਕੌਮ ਨੂੰ ਅਤੇ ਸਮੁੱਚੇ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਜੀ, ਕਿਉਂਕਿ ਇਨਸਾਨੀਅਤ ਨੂੰ ਬੜੀ ਸ਼ਰਮਸ਼ਾਰ ਕਰਨ ਵਾਲੀ ਇਹ ਘਟਨਾ ਹੋਈ ਆ। ਇੱਕ ਐਡਾ ਵੱਡਾ ਮਹਾਨ ਵਿਦਵਾਨ ਵਿਅਕਤੀ ਹੋਵੇ ਜਿਹਨੂੰ ਬੜੀ ਹੀ ਅਪਾਰ ਬਖਸ਼ ਦੇ ਸਦਕਾ ਬੜੀ ਲੋਕਾਂ ਨੂੰ ਸੇਧ ਦਿੱਤੀ, ਗੁਰਬਾਣੀ ਦੇ ਲੜ ਲਾਇਆ,
ਅਤੇ ਜੇ ਅੰਤਮ ਸਮੇਂ ਉਹਨਾਂ ਦਾ ਜੇ ਸੰਸਕਾਰ ਨਾ ਕਰ ਦਿੱਤਾ ਜਾਵੇ ਐਦੋ ਵੱਡੀ ਹੋ ਕੋਈ ਵੀ ਸ਼ਰਮਿਸ਼ਾਰ ਘਟਨਾ ਨਹੀਂ ਹੋ ਸਕਦੀ। ਅਸੀਂ ਤਾਂ ਉਹਨਾਂ ਨੂੰ ਇਹੀ ਘਟਨਾ ਨਿੰਦਣਯੋਗ ਸ਼ਬਦਾਂ ਦੇ ਵਿੱਚ ਇਹ ਘਟਨਾ ਨੂੰ ਅਸੀਂ ਯਾਦ ਕਰਦੇ ਹਾਂ। ਠੀਕ ਹੈ, ਠੀਕ ਹੈ ਜੀ। ਚਲੋ ਉਹਨਾਂ ਨੇ ਕਰਤੀ ਹੈ ਗਲਤੀ, ਬਹੁਤ ਵੱਡੀ ਗਲਤੀ ਆ। ਅੱਗੇ ਤੋਂ ਇਨਸਾਨੀਅਤ ਨੂੰ ਅਸੀਂ ਇਹੀ ਬੇਨਤੀ ਕਰਨ ਚਾਹੁੰਦੇ ਹਾਂ, ਪਰਮਾਤਮਾ ਨਾ ਕਰੇ ਕਿਤੇ ਵੀ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ, ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਨਾ ਹੀ ਹੋਣੀ ਚਾਹੀਦੀ। ਤੁਸੀਂ ਜਾਣਿਆ ਭਾਈ ਨਿਰਮਲ ਸਿੰਘ ਜੀ ਖਾਲਸਾ ਬਾਰੇ, ਕੀ ਕਹਿਣਾ ਸੀ ਇਹ ਸਿੱਖ ਸੰਗਤਾਂ ਦਾ? ਕੈਮਰਾਮੈਨ ਭਾਰਤ ਫਾਂਸਲ ਦੇ ਨਾਲ ਹੁਕਮ ਚੰਦ, ਭਾਰ ਸੰਦੇਸ਼, ਜੈਤੋ।